ਸਾਰੇ ਹੀ ਇਦਾਂ ਦੇ ਬੜੀ ਇੰਗਲਿਸ਼ ਮਰਾਸਨ ਚੱਲ ਬਾਜੀ ਤੇਰਾ ਬਾਬੇ ਨੂੰ ਲੱਭ ਕੇ ਆਈ ਹੈ ਆਪਣੀ ਜਵਾਨ ਬੰਦ ਕਰ ਲਾ ਉਹ ਮੁੰਡਿਆਂ ਦਾ ਕਰ ਲਾਂਬਾ ਦੇ ਕੇ ਉਹ ਕੱਜਰ ਜਿਹੜੀ ਮੇਰੀ ਮੱਝੀ ਚੁੱਕ ਲੈ ਕੇ ਆਏ ਇਥੋਂ ਵਾ ਵਾ ਅੱਗ ਤੈਨੂੰ ਆਪਣੇ ਆਪ ਨੂੰ ਲੱਗੀ ਲਾਂਬਾ ਅਸੀਂ ਦੇ ਕੇ ਆਈਏ ਮੇਰੀ ਅੱਗ ਦੇ ਤੈਨੂੰ ਬੜਾ ਸੇਕ ਚੜਨ ਡਿਆ ਆ ਉਹ ਮੁੰਡੇ ਨੂੰ ਉਠਾ ਉਹਨੂੰ ਕਿਹਾ ਉੱਠ ਕੇ ਜਾ ਕੇ ਦੁੱਧ ਲੈ ਕੇ ਆਵੇ ਲੈ ਦੱਸ ਉਹਨੂੰ ਠਾਵਾਂ ਐਂ ਟਾਈਮ ਤੇ ਉਹ ਸੋ ਜਾਂਦਾ ਹੁਣ ਉਹਨੂੰ ਮੈਂ ਠਾਵਾਂ ਜਾ ਕੇ ਨਾ ਲੈ ਹੁਣ ਜਦੋਂ ਸੋਵੇ ਨਾ ਮੈਨੂੰ ਉੱਤੋਂ ਫੜਾਉਣਾ ਉਹ ਕੰਜਰ ਮੇਰੇ ਸਾਹਮਣੇ ਜਦੋਂ ਵੀ ਆਇਆ ਉਹਨੂੰ ਸਾਹ ਚੜਿਆ ਹੀ ਹੋਇਆ ਹਾਂ ਤੂੰ ਕਹੀ ਜਾਣਦੀ ਆ ਵੀ ਸੌ ਜਾਂਦਾ ਆ ਬੁਲਾ ਉਹਨੂੰ ਕਿੱਥੇ ਆ ਮੈਂ ਕਿ ਬੁਲਾਵਾਂ ਤੂੰ ਬੁਲਾ ਤੂੰ ਠੱਠਾ ਆ ਤੇਰੀ ਜ਼ਬਾਨ ਦੀ ਵਜ੍ਹਾ ਨਾਲ ਤੇਰੀ ਇਸ ਜ਼ਬਾਨ ਦੀ ਵਜ੍ਹਾ ਨਾਲ ਇਸ ਘਰ 'ਚ ਰੌਣਕ ਨਹੀਂ ਲੱਗਦੀ ਹਾਂ ਜ਼ਬਾਨ ਦਾ ਵਿੱਚ ਅੱਬਾ ਜੀ ਕੀ ਤਾਲੁਕ ਆ ਤੈਨੂੰ ਸ਼ੁਕਰ ਕਰ ਇਸ ਘਰ ਦੇ ਵਿੱਚ ਵਿਆਹ ਕੇ ਲਿਆਏ ਆ ਉਹਨੇ ਤੇ ਸਾਡੇ ਵਿੱਚ ਆ ਸਾਡੇ ਲੁੰਡਾਂ ਦੇ ਵਿੱਚ ਕੌਣ ਆਉਂਦੇ ਓ ਸ਼ਰਾਲੇ ਉਹ ਜੇ ਅਸੀਂ ਛੁੜੋਲਾ ਤੂੰ ਸਾਡੀ ਨਾਂ ਆ ਤੂੰ ਵੀ ਛੁੜੁੱਲੀ ਹੋਈ ਗੰਦਾ ਖਰਾਬਾ ਨਾ ਰਹਿਣਾ ਜਦੋਂ ਦੀ ਮੈਂ ਤੇਰੀ ਨਾਂ ਬਣੀ ਮੇਰੀ ਕਿਸਮਤ ਸੜ ਗਈ ਇਹ ਪਿੱਛੋਂ ਹੀ ਸੜੀ ਆਈ ਆ ਇਹ ਸਾਡੇ ਤਾਂ ਪਾਉਣ ਡਈ ਆ ਤੂੰ ਪਿੱਛੋਂ ਸਹੀ ਆਈ ਸੀ ਤੁਸੀਂ ਸਾੜੀ ਏ ਲੈ ਅਸੀਂ ਸਾੜੀ ਆ ਸਾਨੂੰ ਬੜਾ ਦਿਖਾਈ ਆ ਹੁਣ ਦੇਖ ਲਵਾ ਜਦੋਂ ਤਬਾਹੀ ਲੈ ਗਈ ਆਪਣੀ ਛੱਤ ਕੰਢ ਰੱਖ ਕੁੱਤੇ ਮੈਂ ਕੰਢ ਆਪਣੀ ਜਵਾਨ ਬੰਦ ਰੱਖ ਉਹਨੂੰ ਬੁਲਾ ਮੁੰਡੇ ਨੂੰ ਅੱਛਾ ਉਹ ਜਾ ਉਹਨੂੰ ਕਹਿ ਦੁੱਧ ਲੈ ਕੇ ਆਵੇ ਲੋ ਦੱਸੋ ਦੁੱਧ ਕਰਨਾ ਹਾਂ ਦੁੱਧ ਕੀ ਉਹ ਕੀ ਕਰਨਾ ਕੀ ਕਰੀਦਾ ਇਹਨੂੰ ਮੇਰੀ ਗੱਲ ਸੁਣ ਚਾਹ ਪੰਜ ਕਹਿ ਰਿਹਾ ਆਹੋ ਉਹ ਪੱਤੀ ਵਾਲੇ ਡੱਬੇ 'ਚ ਨਾ ਚੂਹੇ ਬਹੁਤ ਗੰਦੀਆਂ ਗਾਲਾਂ ਕੱਢ ਰਿਹਾ ਤੇ ਦੁੱਧ ਕਿੱਥੋਂ ਅੱਛਾ ਜੀ ਹਾਂਜੀ ਆਹੋ ਜੀ ਹਜੇ ਟਾਈਮ ਲੱਗ ਜਾ ਮੈਂ ਤੈਨੂੰ ਕਹਿਣਾ ਤੇਰੀ ਵਜ੍ਹਾ ਨਾਲ ਹਰ ਸ਼ਹਿਰ ਰੁਕੀ ਪਈ ਆ ਮੈਂ ਕੀ ਅੱਗੇ ਖਲੋਤੀ ਮੈਂ ਕਹਿੰਦਾ ਜਵਾਨ ਬੰਦ ਕਰ ਲੈ ਕਿਵੇਂ ਕੁੱਤੇ ਵਾਂਗੂ ਮਿਆਉਂ ਮਿਆਉਂ ਕਰੀ ਜਾਂਦੀ ਆ ਮੈਂ ਕਹਿੰਦਾ ਨਹੀਂ ਮੈਂ ਹੱਥ ਰੱਖਿਆ ਅੱਗੇ ਬਕਵਾਸ ਬੰਦ ਕਰ ਲੈ ਮੁੰਡੇ ਨੂੰ ਬੁਲਾ ਠੀਕ ਹੈ ਇਹਨਾਂ ਮੁੰਡੇ ਨੂੰ ਮੈਂ ਛੱਡਣਾ ਨਹੀਂ ਇਹ ਮੇਰਾ ਮੰਜਾ ਚੁੱਕ ਕੇ ਕਬਰਸਤਾਨ ਛੱਡ ਕੇ ਆਏ ਆ ਇਹਨਾਂ ਨੂੰ ਕੰਜਰਾਂ ਨੂੰ ਦੇਖੀਏ ਮੈਂ ਇਹਨਾਂ ਦਾ ਹਾਲ ਕੀ ਕਰਦਾ ਮੈਨੂੰ ਲੱਭ ਜਾਣ ਸਹੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਕੀ ਹਾਲ ਬਾਬਾ ਜੀ ਵਾਹ ਜੀ ਵਾਹ ਐਡਾ ਤਾਂ ਸਾਫ ਸੁਥਰਾ ਬੰਦਾ ਡਰਾਮੇ 'ਚ ਪਾਇਆ ਹੀ ਨਹੀਂ ਜੀ ਬਾਬਾ ਕੱਲੂ ਹੱਥ ਮਾਰ ਹਜਾ ਕਰ ਇਹ ਕਿਸੇ ਕੁੜੀ ਦੇ ਨਾਲ ਆਇਆ ਜੀ
ਐਡਾ ਦਾ ਬੰਦਾ ਡਰਾਮੇ ਚ ਨਹੀਂ ਜੀ, ਇਹ ਤੇ ਕਿਸੇ ਦਾ ਲਾਂਬਾ ਲੈ ਕੇ ਆਇਆ। ਤੁਹਾਡੀ ਉਮਰ ਦਾ ਲਿਹਾਜ਼ ਨਾ ਹੋਵੇ ਤੇ ਮੈਂ ਤੁਹਾਡੇ ਖੁੰਨੇ ਸੇਕਾਂ। ਮਿਹਰਬਾਨੀ ਹੈ ਜੀ, ਤੁਸੀਂ ਕਰਨ ਡਏ। ਸ਼ਰਮ ਕਰ, ਸ਼ਰਮ ਕਰ। ਸ਼ਰਮ ਤੁਸੀਂ ਕਰੋ ਜੀ, ਐਡੇ ਬੜੇ ਕੱਦ ਨਾਲ ਕੰਜਰਾਂ ਵਾਲਾ ਕੰਮ ਕਰਨ ਡਏ। ਖੁੰਨੇ ਸਿਖਾਉਣੇ ਆਪਣੇ? ਨਹੀਂ ਜੀ, ਅਸੀਂ ਨਹੀਂ ਸਿਖਾਉਣੇ ਜੀ, ਅਸੀਂ ਸੇਕੇ ਸਿਖਾਏ ਲਾ ਲੈਣੇ ਕਿਤੋਂ। ਸ਼ਰਮ ਕਰ ਯਾਰ, ਸ਼ਰਮ ਕਰ। ਨਹੀਂ ਤੁਸੀਂ ਕੌਣ ਹੋ ਜੀ? ਤੁਹਾਨੂੰ ਇਸ ਮੁਹੱਲੇ 'ਚ ਪਹਿਲਾਂ ਨਹੀਂ ਕਦੇ ਦੇਖਿਆ ਜੀ। ਨਹੀਂ, ਮੈਂ ਦੂਜੇ ਮੁਹੱਲੇ ਤੋਂ ਆਇਆ ਹਾਂ। ਅੱਛਾ ਅੱਛਾ। ਹਾਂਜੀ ਹਾਂਜੀ ਨਾਲੇ ਮੈਂ ਅੱਜ ਬੜਾ ਖੁਸ਼ ਹਾਂ। ਅੱਛਾ ਜੀ। ਹਾਂ, ਅੱਲਾਹ ਤਾਲਾ ਨੇ 10 ਸਾਲ ਬਾਅਦ ਪੁੱਤਰ ਦਿੱਤਾ। ਅੱਛਾ ਜੀ। ਹਾਂਜੀ, ਬੜੀ ਦੇਰ ਬਾਅਦ ਸਿੱਧੇ ਰਾਹ ਦਾ ਪਤਾ ਲੱਗਿਆ ਜੀ। ਬਾਬਾ ਕੁਛ ਸ਼ਰਮ ਕਰ, ਸ਼ਰਮ ਕਰ ਜੀ। 10 ਸਾਲ ਬਾਅਦ, ਜਿਹੜਾ 10 ਸਾਲ ਨਹੀਂ ਹੋਇਆ। ਹਾਂ, ਇਹ 10 ਸਾਲ ਬਾਅਦ ਕਿੱਦਾਂ ਹੋ ਗਿਆ ਜੀ? ਬਸ ਮਿਹਰਬਾਨੀ ਹੈ ਮੇਰੇ ਮੁਰਸ਼ਦਾ ਦੀ। ਅੱਛਾ ਜੀ, ਉਹ ਫਿਰ ਆਪ ਹੀ ਆਏ ਹੋਣੇ। ਓਏ ਬਾਬਾ, ਅੱਜ ਕੱਲ ਦੇ ਮੁਰਸ਼ਦ ਵੀ ਇਦਾਂ ਦੇ ਹੀ ਆਉਣ ਡਏ ਆ ਜੀ, ਸਾਰੇ ਰੂਹਦਾਰੀ ਵਾਲੇ। ਉਹ ਸ਼ਰਮ ਕਰ ਬਾਬਾ, ਇਹ ਗੱਲ ਨਹੀਂ ਹੈਗੀ। ਬੜੀ ਵਾਕਈ ਜੀ, ਤੁਹਾਡੇ 10 ਸਾਲਾਂ ਬਾਅਦ ਪੁੱਤਰ ਹੋਇਆ? ਹਾਂ, 10 ਸਾਲ ਬਾਅਦ ਹੋਇਆ। ਅੱਛਾ ਜੀ, ਹੁੰਦਾ ਹੀ ਨਹੀਂ ਸੀ। ਫਿਰ ਕੀ ਗੱਲ? ਫਿਰ ਮੈਂ ਆਪਣੇ ਮੁਰਸ਼ਦਾਂ ਕੋ ਗਿਆ। ਅੱਛਾ। ਉਹਨਾਂ ਨੂੰ ਕਿਹਾ ਤਵੀਜ਼ ਦਿਓ। ਫਿਰ ਉਹਨਾਂ ਨੇ ਤਵੀਜ਼ ਲਿਖ ਕੇ ਦਿੱਤਾ। ਤੇ ਫਿਰ ਬੱਚਾ ਹੋ ਗਿਆ ਜੀ? ਨਹੀਂ ਜੀ। ਅੱਛਾ ਜੀ, ਫਿਰ ਮੈਂ ਗਿਆ। ਅੱਛਾ। ਮੈਂ ਕਿਹਾ ਇਹ ਤਵੀਜ਼ ਨਾਲ ਕੁਝ ਨਹੀਂ ਹੋਇਆ, ਕੋਈ ਦੂਜਾ ਤਵੀਜ਼ ਦਿਓ। ਅੱਛਾ। ਉਹਨਾਂ ਨੇ ਦੂਜਾ ਤਵੀਜ਼ ਦਿੱਤਾ, ਉਹ ਮੈਂ ਸੁਹਾਣੇ ਥੱਲੇ ਰੱਖਿਆ। ਅੱਛਾ, ਫਿਰ ਬੱਚਾ ਹੋਇਆ? ਨਹੀਂ। ਤੁਸੀਂ ਜਿਹੜਾ ਤਵੀਜ਼ ਆ ਸਰਾਣੇ ਥੱਲੇ ਰੱਖਣਾ ਜੀ? ਹਾਂਜੀ ਹਾਂਜੀ। ਤੁਸੀਂ ਸਰਾਣਾ ਕਿਤੇ ਲੱਕ ਥੱਲੇ ਤਾਂ ਨਹੀਂ ਰੱਖਦੇ? ਤਾਂ ਵੀ ਬੱਚਾ ਪਰੇ ਉਰੇ ਹੋ ਜਾਂਦਾ ਜੀ। ਚਲੋ, ਅਸੀਂ ਤਾਂ ਸੁਣਿਆ ਹੀ ਆ ਜੀ, ਸਾਨੂੰ ਕੀ ਪਤਾ। ਕੋਈ ਸ਼ਰਮ ਕਰੋ, ਕੋਈ ਸ਼ਰਮ ਕਰੋ। ਅੱਛਾ ਜੀ। ਹਾਂ, ਮੈਨੂੰ ਤਾਂ ਤੁਸੀਂ ਬਹੁਤ ਵੱਡੇ ਕੰਜਰ ਲੱਗ ਰਹੇ ਹੋ। ਲਓ ਜੀ, ਕੰਜਰ ਜਿਹੜਾ ਹੁੰਦਾ ਆਪਣੇ ਕੱਦ ਕਾਠ ਤੋਂ ਪਛਾਣਿਆ ਜਾਂਦਾ ਜੀ। ਇਹ ਕੰਜਰਾਂ ਦੇ ਕੱਦ ਹੁੰਦੇ ਹੀ ਬਹੁਤ ਆ ਜੀ। ਇਹਨਾਂ ਨੇ ਕਿਹੜਾ ਸਵੇਰੇ ਉੱਠ ਕੇ ਕੰਮ ਤੇ ਜਾਣਾ ਹੁੰਦਾ? ਇਹਨਾਂ ਨੂੰ ਤਾਂ ਇਹ ਪਤਾ ਵੀ ਕੰਮ ਚੱਲ ਕੇ ਆਪ ਆਉਣਾ ਵਾ। ਤੁਹਾਡੀ ਉਮਰ ਦਾ ਲਿਹਾਜ਼ ਨਾ ਹੋਵੇ, ਤੁਸੀਂ ਖੁੰਨੇ ਸੇਕਣੇ ਸੀ। ਅੱਛਾ ਅੱਛਾ, ਉਹ ਆਪਣਾ ਗੱਲ ਇਹ ਆ ਮਿੱਠੀ ਬੋਸ, ਗੱਲ ਤੇ ਇੱਥੇ ਖੁਸਰੇ ਕਿੱਥੇ ਰਹਿੰਦੇ ਨੇ? ਤੁਸੀਂ ਭਰਤੀ ਹੋਣਾ ਜੀ, ਕਿਉਂਕਿ ਉਹਨਾਂ ਨੇ ਭਰਤੀ ਖੋਲੀ ਆ ਨਾ। ਉਹ ਬਾਬਾ ਜੀ, ਕੋਈ ਸ਼ਰਮ ਕਰੋ, ਮੇਰੇ ਹੋਇਆ ਪੁੱਤਰ ਤੇ ਮੈਂ ਜਰਾ ਭੰਗੜਾ ਸ਼ੰਗੜਾ ਪਵਾਉਣਾ ਚਾਹੁੰਦਾ। ਇਹ ਨੱਚਣ ਵਾਲੇ ਨੀ ਜੀ। ਫਿਰ ਇਹ ਕੌਣ ਨੇ? ਇਹ ਤੇ ਮੇਰੀ ਠਾ ਪਾ ਵਾਲੇ ਆ। ਉਹ ਚੱਲ ਬਾਬਾ ਜੀ, ਸਸਤੇ ਹੈ ਨੇ, ਮੈਂ ਕਹਿੰਦਾ ਲੈ ਸਸਤੇ ਤੇ ਹੈ ਵਾ, ਲੇਕਿਨ ਤੁਸੀਂ ਰਿਸ਼ਤੇਦਾਰਾਂ ਚ ਲਿਜਾਣੇ ਆ, ਕੋਈ ਚੰਗੀ ਸ਼ਾਹ ਲਿਜਾਓ। ਹੈਂ, ਤੇਰੇ ਕੋਲ ਹੈ ਕੋਈ ਕੁੜੀ ਛੁੜੀ? ਹੈਂ ਜੀ, ਕੁੜੀ ਛੁੜੀ ਹੈ? ਨਹੀਂ, ਮੇਰੇ ਕੋਲ ਨਹੀਂ ਜੀ ਹੈ, ਮੈਂ ਤਾਂ ਆਪ ਤਰਲੇ ਲੈਣ ਡਿਆ। ਜੇ ਕੋ ਤੁਹਾਡੇ ਕੋਲ ਹੈਗੀ ਹੈ ਤੇ ਅੱਧੇ ਪੈਸੇ ਮੇਰੇ ਕੋਲ ਪਵਾ ਲਓ। ਓ ਬਾਬਾ, ਤੂੰ ਤੇ ਹਰ ਗੱਲ ਦਾ ਉਲਟੀ ਜਵਾਬ ਦੇਣੇ ਆ। ਲਓ ਜੀ, ਮੈਂ ਤੁਹਾਨੂੰ ਤਾਂ ਦੱਸਣ ਡਿਆ ਨਾ, ਕਿਉਂਕਿ ਤੁਹਾਡੀ ਅਕਲ ਗਿਟਿਆ ਜਾ। ਸੁਣਿਆ ਹੀ ਆ ਜੀ, ਕਹਿੰਦੇ ਲੰਬੇ ਬੰਦੇ ਦੀ ਗਿਟਿਆ ਚ ਹੁੰਦੀ। ਇਹ ਨੀ ਸੁਣਿਆ ਕਿ ਲੰਬੇ ਬੰਦੇ ਦੇ ਖੁੰਨੇ ਸੇਕੇ ਹੋਏ ਕਿੱਥੇ ਜਾਂਦੇ ਨੇ? ਨਹੀਂ ਜੀ, ਇਹ ਨੀ ਮੈਨੂੰ ਪਤਾ। ਨਹੀਂ, ਤੁਸੀਂ ਖੁਸਰਿਆਂ ਨੂੰ ਕਹਿਣਾ ਕੀ ਹੈ ਜੀ? ਓਹੋ, ਮੈਂ ਚਾਹੁੰਦਾ ਕਿ ਮੇਰੇ ਗਲੀ ਚ ਆ ਕੇ ਜ਼ਰਾ ਨੱਚ ਟੱਪ ਲੈਣ, ਮੇਰੇ ਬੱਚੇ ਨੂੰ ਲੋਰੀ ਦੇ ਦੇਣ। ਅੱਛਾ 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 ਜੀ। ਆ ਇੱਥੇ ਇਦਾਂ ਕਰੋ, ਇਹ ਬੈਲ ਵਜਾਉਣ ਨਾਲ ਨਹੀਂ ਆਉਂਦੇ। ਅੱਛਾ ਜੀ। ਆ ਇੱਥੇ ਪਿੱਛੇ ਦੋ ਪੈਪ ਜਾਣ ਡਏ ਇਹਨਾਂ ਦੇ ਘਰ ਵੱਲ ਨੂੰ। ਇੱਥੇ? ਹਾਂ, ਇੱਕ ਪਾਣੀ ਵਾਲਾ ਵਾ, ਦੂਜਾ ਥੁੱਕ ਵਾਲਾ ਵਾ। ਜਿੱਦਾਂ ਦੇ ਖੁਸਰੇ ਨੇ ਥੁੱਕ ਵੀ ਕਿਲੋਆਂ ਦੇ ਹਿਸਾਬ ਨਾਲ ਲੱਗਦਾ ਜੀ। ਆ ਪਾਣੀ ਵਾਲਾ ਪੈਪ ਬੰਦ ਕਰੋ ਜੀ। ਨਾ ਨਾ, ਮੈਂ ਪਾਣੀ ਵਾਲਾ ਪੈਪ ਬੰਦ ਕਰ ਦਵਾਂ, ਉਹਨਾਂ ਦਾ ਪਾਣੀ ਬੰਦ ਹੋ ਜਾਣਾ, ਉਹਨੇ ਕਹਿੰਦਾ ਯਜ਼ੀਦ ਦਾ ਸਾਲਾ ਆ ਗਿਆ। ਲਓ, ਇਹ ਕਹਿਣ ਵਾਲੀ ਕਿਹੜੀ ਗੱਲ ਆ ਜੀ?
ਲੇਕਿਨ ਆ ਬੰਦ ਕਰੋ ਪਾਣੀ ਆ ਪਾਏਗੇ ਹਾਂ ਫੇਰ ਦੇਖੋ ਜੇ ਆਏ ਨਾ ਬਾਬਾ ਜੀ ਤੇ ਤੁਹਾਡੇ ਮੈਂ ਖੁੰਨੇ ਸੇਕਦੇ ਆ ਸੇਕ ਦਿੰਨੇ ਹੋ ਜੀ ਤੁਸੀਂ ਏ ਆ ਉਤਰਾ ਹਾਂ ਜੀ ਹਾਂ ਜੀ ਏ ਐ ਲੋ ਜੀ ਆ ਤੁਹਾਡਾ ਬੇੜਾ ਤਰ ਗਿਆ ਪਾਣੀ ਕਿਹਨੇ ਬੰਦ ਕੀਤਾ ਆ ਕਿਹਦਾ ਬੇੜਾ ਗਿਰ ਗਿਆ ਹਾਏ ਵੇ ਬਾਬਾ ਪਾਣੀ ਬੰਦ ਕੀਤਾ ਤੂੰ ਤੁਹਾਡਾ ਭਲਾ ਪੈ ਗਿਆ ਓਏ ਅੰਦਰ ਕਿਤੇ ਘੋੜਾ ਫਾਰਕ ਕਰਕੇ ਆਏ ਹਾਂ ਮਲਾਈ ਆ ਗਈ ਆ ਲਾਲਾ ਘੁੱਟ ਲਾ ਘੁੱਟ ਜਰੂਰ ਲਾਉਣਾ ਪੀਣ ਵਾਲਾ ਨੀ ਇਹ ਤਾਂ ਖਰਾਬ ਕਰਨ ਵਾਲਾ ਜੀ ਮੇਰੇ ਨਾਲ ਬਹੁਤੀ ਬਦਤਮੀਜ਼ੀ ਨਾ ਕਰ ਬਾਬਾ ਮੈਂ ਤੇਰਾ ਮੂੰਹ ਤੋੜ ਦੇਣਾ ਮੇਰਾ ਮੇਰੇ ਨਾਲ ਖਬਰਦਾਰ ਤੂੰ ਝੂਠ ਬੋਲਿਆ ਕਰ ਤੇ ਮੇਰੇ ਸਾਹ ਝੂਠ ਨਾ ਬੋਲ ਮੇਰੇ ਨਾਲ ਮੈਂ ਬਾਜੀ ਝੂਠ ਬੋਲਦੀ ਹਾਂ ਮੈਂ ਰੋਜ਼ੀ ਵਾਲੇ ਅੱਡੇ ਬਹਿ ਕੇ ਕਦੀ ਝੂਠ ਨਹੀਂ ਬੋਲਿਆ ਇਹ ਤੁਸੀਂ ਰੋਜ਼ੀ ਵਾਲੇ ਅੱਡੇ ਤੇ ਨਹੀਂ ਤੁਸੀਂ ਲਾਰੀ ਅੱਡੇ ਬਹਿ ਗਏ ਲਾਰੀ ਅੱਡੇ ਬਹਿ ਕੇ ਉਮਤਰ ਜਾਣਦੇ ਉਹ ਮਾੜੇ ਜਿਹੇ ਫਰਾਟੇ ਰੋਕ ਹੋਏ ਆਪਣੇ ਸਾਨੂੰ ਦੱਸਿਆ ਨੀ ਤੂੰ ਨੀ ਦਿੰਦਾ ਏਡਾ ਲੰਮਾ ਬੰਦਾ ਤੇ ਪ੍ਰੋਗਰਾਮ ਦਿੰਦਾ ਪੁੱਤਰ ਹੋਇਆ 10 ਸਾਲ ਬਾਅਦ ਦਿੱਤਾ ਪੈਸੇ ਦਿਓ ਬਿਆਨਾ ਬਿਆਨਾ ਦੋ ਫੇਰ ਹੀ ਆਉਂਦੇ ਆ ਐ ਲੋ ਜੀ 1000 ਰੁਪਏ ਤੁਸੀਂ 1000 ਰੁਪਏ ਤੁਸੀਂ ਪਾਤੇ ਨੋਟ ਪਾਤੇ ਤੇ ਤੁਹਾਡੀ ਕੀ ਗਰੰਟੀ ਹੋਏ ਲੈ ਐ ਲੋ ਆ ਤੁਹਾਡਾ ਓ ਜੀ ਇਹ ਸਾਨੂੰ ਵੀ ਦਿੱਤੇ ਮੈਂ ਕਿਹਾ ਹਾਂ ਤੂੰ ਵੀ ਤਿਆਰੀ ਕਰ ਬੜਾ ਸ਼ਰਾਰਤਾਂ ਕਰਦੇ ਬੱਚੇ ਪ੍ਰੋਗਰਾਮ ਹੈ ਕਿੱਥੇ ਮਨਸੂਰਾਬਾਦ ਉੱਥੇ ਨੀ ਨਾ ਮੰਨਿਆ ਸੀ ਕਰਨਾ ਪਿਛਲੀ ਵਾਰੀ ਅਸੀਂ ਕੀਤਾ ਮੇਰੀ ਬਾਜੀ ਨਾ ਉਹ ਫਿੰਗਰ ਵਰਕ ਹੋਇਆ ਤੁਸੀਂ ਪਹਿਲੇ ਭੈਣ ਦੇ ਆਲੇ ਦੁਆਲੇ ਲੋਹਾ ਲਵਾ ਕੇ ਲੈ ਜਾਓ ਆਲੇ ਦੁਆਲੇ ਲੋਹਾ ਲਵਾ ਕੇ ਨਾਲ ਨੰਗੀ ਤਾਰ ਲਾ ਦੋ ਅੰਦਰ ਜਾਣਾ ਆਪੀ ਜੀ ਨੂੰ ਝਟਕਾ ਪਵੇ ਬੰਦੇ ਫੜੀ ਜਾਇਓ ਉੱਥੇ ਨਹੀਂ ਜਾਣਾ ਸਿਰ ਹੋਰ ਕਿਤੇ ਜਾ ਉਹ ਕੁਝ ਨਹੀਂ ਹੁੰਦਾ ਤੂੰ ਘਾਉਣਾ ਸੀ ਉੱਥੇ ਹੀ ਆ ਕਹਿਣ ਡਿਆ ਬੰਦਾ ਸ਼ਰੀਫ ਲੱਗਦਾ ਉਹ ਤੁਹਾਨੂੰ ਫਿੰਗਰ ਵਰਕ ਨਹੀਂ ਹੋਏਗਾ ਜੋ ਹੋਇਆ ਵੀ ਤੇ ਚੱਪਾ ਵਰਕ ਹੋਏਗਾ ਹਾਂ ਕੋਈ ਗੱਲ ਨਹੀਂ ਮੇਰੀ ਬਾਜੀ ਦੀ ਉਮਰ ਵੀ ਤੇ ਬਹੁਤ ਹੈ ਮੇਰਦਾਰ ਨੂੰ ਕੀ ਹੈ ਮੇਰਦਾਰ ਨੂੰ ਸੁਰਾਬਾਦ ਹੈ ਹਾਂ ਯਾਦ ਹੋ ਹਾਂ ਵੇ ਬਾਬਾ ਚਲੋ ਬਾਜੀ ਫੜ ਪਾਹੇ ਕਿਸੇ ਨੇ 1000 ਰੁਪਇਆ ਦੇ ਦਿੱਤਾ ਓਏ ਜਾਣਦੇ ਹੋ ਤਿਆਰੀ ਕਰ ਬਾਜੀ ਜਾ ਕੇ ਫੜਾਫੜ ਮੈਂ ਬਾਜੀ ਫੰਕਸ਼ਨ ਦੀ ਤਿਆਰੀ ਕਰਦੀ ਛੇਤੀ ਆ ਜਾ ਹੋਏ ਪਾਣੀ ਬੰਦ ਕੀਤਾ ਇਹਨਾਂ ਨੇ ਕੀ ਹੈ ਇਹ ਕੰਮ ਛੱਡਦਾ ਕਿਉਂ ਨਹੀਂ ਤੂੰ ਹਾਂ ਕਿਹੜਾ ਆ ਕੰਮ ਤੁਸੀਂ ਕਿਉਂ ਨਹੀਂ ਛੱਡਦੇ ਬਾਬਾ ਤੈਨੂੰ ਕੀ ਦੱਸਿਆ ਭੁੱਖੇ ਮਰ ਜਾਈਏ ਆਪਣੇ ਦਿਲ ਦੀ ਮੰਨੀ ਹੁੰਦੀ ਦਿਲ ਦੀ ਆਪਣੇ ਦਿਲ ਦੇ ਮੁਖਾਲਫ ਨਹੀਂ ਚੱਲੀਦਾ ਹੁੰਦਾ ਬਾਬਾ ਤੈਨੂੰ ਕੀ ਦੱਸੀਏ ਉਹ ਨੱਚ ਨੱਚ ਕੇ ਮੇਰੀ ਭੈਣ ਨੇ ਮੈਨੂੰ ਪਾਲਿਆ ਹੈਂ ਜੇ ਵੇ ਬਾਬਾ ਅਸੀਂ ਕੀ ਕਰੀਏ ਅਸੀਂ ਮਰ ਜਾਈਏ ਭੁੱਖਿਆਂ ਦੱਸ ਵੇ ਜੇ ਤੂੰ ਪੈਸੇ ਦੇ ਓਏ ਤੂੰ ਤਾਂ ਬੜਾ ਥੋੜ ਦਿਲਾਂ ਹੋਏ ਹੈਂ ਬਾਬਾ ਹਾਂ ਉਹ ਤੇਰੇ ਘਰ ਮਾਂ ਭੈਣ ਕੋਈ ਨਹੀਂ ਪਤਾ ਨਹੀਂ ਕਾਕਾ ਮੈਂ ਤਾਂ ਕਦੋਂ ਦਾ ਨਿਕਲੇ ਆ ਘਰ ਕੀ ਮਤਲਬ ਇਹਨਾਂ ਕੰਮਾਂ 'ਚ ਕੁਛ ਨਹੀਂ ਪਿਆ ਜਿਹੜੇ ਕੰਮ ਤੁਸੀਂ ਸ਼ੁਰੂ ਕੀਤੇ ਆ ਓਏ ਬਾਬਾ ਤੂੰ ਮੇਰਾ ਦਿਲ ਬਾਹਰ ਕੱਢ ਲੈਣਾ ਉਹ ਬਾਹਰ ਜ਼ਰੂਰ ਕੱਢਣਾ ਸੀ ਉੱਥੇ ਹੀ ਸੈੱਟ ਕਰ ਲੈਣਾ
ਪ੍ਰੈਕਟੀਕਲ ਨਾ ਉਤਰ ਜਾਣਾ ਹੋਵੇ ਤੇ ਬਾਬਾ ਇੱਥੇ ਵੀ ਤੇ ਤੂੰ ਹੱਥ ਚੁੱਕੀ ਆ ਬਾਬਾ ਮੈਨੂੰ ਠੰਡ ਪਾ ਦੇ ਬਾਬਾ ਮੇਰੇ ਕੋਲੋਂ ਔਖੀ ਹੈ ਜੀ ਤੁਸੀਂ ਚੁੱਪ ਕਰਕੇ 20 ਰੁਪਏ ਦਾ ਉੱਥੋਂ ਗੋਲਾ ਲੈ ਇਹ ਕੀ ਮਤਲਬ ਗੋਲਾ ਲੈ ਲਓ ਜਰਾ ਉਹਨੂੰ ਕਹਿ ਦਿਓ ਵੀ ਤੀਲਾ ਮੋਟਾ ਲਾ ਦੇਵੇ ਉਹ ਬਈ ਜਿਹੜਾ ਬਾਅਦ ਚੋਂ ਐਂ ਕਰਦਾ ਨਾ ਉਹ ਵੀ ਹੋ ਜੂ ਮਰ ਬਾਬਾ ਇਹ ਦੱਸ ਗੋਲਾ ਜਿਹੜਾ ਲੈਣਾ ਵਾ ਤੇ ਉਹ ਤੇ ਖੋਇਆ ਪਵਾਉਣਾ ਕਿ ਨਹੀਂ ਪਵਾਉਣਾ ਨਾ ਨਾ ਖੋਇਆ ਰਹਿਣ ਦਿਓ ਜੀ ਖੋਆ ਤੁਹਾਨੂੰ ਵੈਸੇ ਬਹੁਤ ਮਿਲ ਜਾਣਾ ਬਾਬਾ ਤੂੰ ਹੈ ਹੀ ਉੱਤੇ ਚੜਾ ਬਾਬਾ ਖੋਲੂ ਬਾਬਾ ਖੋਲੂ ਤੇਰੀ ਭੈਣ ਦਾ ਕੁੰਡਾ ਖੋਲੂ ਬਾਬਾ ਖੋਲੂ ਹਾਏ ਹਾਏ ਤੇਰਾ ਕੁੰਡਾ ਤਾਂ ਜਾ ਨਾ 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 ਨਾ